खालसा वाहिगुरु जी की फतेह। आप जी देख रहे हो अमृतसर वैब टीवी। गुरु प्यारी साहब संगत जी, अज असीं आप जी नूं दर्शन करवाउण जा रहे हां गुरुद्वारा गुरु सर सतलाणी साहब। सूरबीर बचन के बलि, सूरबीर बचन के बलि, यह गुरुद्वारा साहब छेवें पातशाह श्री गुरु हरगोबिंद साहब जी के इतिहास न संबंधित है। आओ जी आप जी ने गुरुद्वारा साहब जी के दर्शन कराइए और नाल दी नाल ही आप जी ने गुरुद्वारा साहब जी के इतिहास नाल भी जाणू करावांगे। वाहेगुरु जी का खालसा वाहेगुरु जी की फतेह। सूरबीर वचन के बलि। गुरु प्यारी साहब संगत जी, यह गुरुद्वारा साहब अमृतसर तो अटारी रोड तो ਘਰਿੰਡੇ ਥਾਣੇ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਹੁਸ਼ਿਆਰ ਨਗਰ ਵਿਖੇ ਇਹ ਗੁਰਦੁਆਰਾ ਸਾਹਿਬ ਸਥਿਤ ਹੈ। ਗੁਰਦੁਆਰਾ ਸਾਹਿਬ ਵਿਖੇ ਹਰ ਮੱਸਿਆ ਨੂੰ ਭਾਰੀ ਸੰਗਤ ਦਾ ਇਕੱਠ ਹੁੰਦਾ ਹੈ ਅਤੇ ਹਰ ਸਾਲ 25-26 ਨਵੰਬਰ ਨੂੰ ਸਾਲਾਨਾ ਜੋੜ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਜਿਸ ਸਮੇਂ ਭਾਰੀ ਸੰਗਤ ਦਾ ਇਕੱਠ ਇੱਥੇ ਇਕੱਤਰ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਠਹਿਰੇ। ਕੁਝ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਇੱਥੋਂ ਜੋ ਹੁਸ਼ਿਆਰਖਾਂ ਗਾਜੀ ਲੋਕਾਂ ਨੂੰ ਤੰਗ ਕਰਦਾ ਏ। ਗੁਰੂ ਸਾਹਿਬ ਨੇ ਇਸ ਨਾਲ ਜੰਗ ਕੀਤੀ ਅਤੇ ਜਦੋਂ ਹਾਰਿਆ ਤਾਂ ਉਹਨੇ ਆਖਿਆ ਮੇਰੇ ਦੁਨੀਆਂ 'ਤੇ ਨਾਂ ਰਹਿ ਜਾਵੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਦੇ ਨਾਂ 'ਤੇ ਹੁਸ਼ਿਆਰ ਨਗਰ ਪਿੰਡ ਵਸਾਇਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਸਥਾਨ 'ਤੇ ਇੱਕ ਦਿਨ ਅਤੇ ਇੱਕ ਰਾਤ ਰਹੇ। ਗੁਰੂ ਸਾਹਿਬ ਨੇ ਇਸ ਲਾਗੇ ਛੱਪੜੀ ਸੀ। ਕੁਝ ਸੰਗਤਾਂ ਨੇ ਕਿਹਾ ਵੀ ਇਸ ਦਾ ਜਲ ਜੋ ਮੈਲਾ ਹੈ, ਗੁਰੂ ਸਾਹਿਬ ਨੇ ਇਸ਼ਨਾਨ ਕੀਤਾ, ਵਰ ਦਿੱਤਾ ਵੀ ਜੋ ਵੀ ਭਾਵਨਾ ਨਾਲ ਇਸ਼ਨਾਨ ਕਰੇਗਾ ਉਸਦੀਆਂ ਭਾਵਨਾ ਪੂਰੀਆਂ ਹੋਣਗੀਆਂ, ਫਲਹਿਰੀ ਦਾ ਰੋਗ ਹੋਰ ਰੋਗ ਦੂਰ ਹੋਣਗੇ। ਸਤਿਗੁਰੂ ਇਸ ਚਰਨ ਪਾਏ ਇਸ ਦੇ ਸਥਾਨ 'ਤੇ, ਇਸ ਦਾ ਜੋ ਸਥਾਨ ਹੈ ਪਵਿੱਤਰ ਹੋ ਗਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਸਥਾਨ ਹੈ ਗੁਰਦੁਆਰਾ ਗੁਰੂ ਸਾਹਿਬ ਸਾਹਿਬ ਨਾਲ। ਜਿਨ੍ਹਾਂ ਨੂੰ ਕੋਈ ਫਲਹਿਰੀ ਦਾ ਰੋਗ ਹੋਵੇ ਜਾਂ ਕੋਈ ਬਾਜ ਮਾਤਾਵਾਂ ਉਹਨਾਂ ਨੂੰ ਪੁੱਤਰ ਦੀ ਦਾਤ ਮਿਲਦੀ ਆ, ਸੋ ਗੁਰੂ ਘਰੋਂ ਜੋ ਵੀ ਇੱਥੇ ਹਾਰੀਆਂ ਭਰਦੇ ਨੇ ਭਾਵਨਾ ਪੂਰੀਆਂ ਕਰਦੇ, ਸਭ ਕਿਰਪਾ ਕਰੇ ਸਾਰੀਆਂ ਸੰਗਤਾਂ ਦੀਆਂ ਹਾਰੀਆਂ ਦਾਤੇ ਪ੍ਰਵਾਨ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਨੂੰ ਪਿਆਰੇ ਸਤਸੰਗ ਜੀ, ਇਹ ਸਰੋਵਰ ਹੀ ਉਹ ਛੋਟੀ ਢਾਬ ਸੀ ਜਿਸ ਵਿੱਚ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਸੀ ਅਤੇ ਨਾਲ ਸੰਗਤਾਂ ਨੂੰ ਵਰ ਦਿੱਤੇ ਸਨ ਕਿ ਜੋ ਵੀ ਇਸ ਸਰੋਵਰ ਵਿੱਚ ਢਾਬ ਵਿੱਚ ਇਸ਼ਨਾਨ ਕਰੇਗਾ ਉਸਦੇ ਸਾਰੇ ਸਰੀਰਕ ਰੋਗ ਜੋ ਹਨ ਕੱਟੇ ਜਾਣਗੇ, ਜੋ ਬਾਅਦ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਤਿਆਰ ਕਰ ਦਿੱਤਾ ਗਿਆ। ਅਜੇ ਤੱਕ ਵੀ ਕਈ ਸੰਗਤਾਂ ਦੂਰ ਦੁਰੇਡੇ ਤੋਂ ਆਉਂਦੀਆਂ ਹਨ ਜਿਨ੍ਹਾਂ ਨੂੰ ਖਾਸ ਤੌਰ 'ਤੇ ਕੋਈ ਸਰੀਰਕ ਰੋਗ, ਫੋੜੇ ਫਿੰਸੀਆਂ ਵਗੈਰਾ ਜਾਂ ਜਿਨ੍ਹਾਂ ਦੇ ਔਲਾਦ ਨਹੀਂ ਹੈ, ਉਹ ਇਸ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਅਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਹ ਜੋ ਆਪ ਛੋਟੀ ਜਿਹੀ ਕੁਟੀਆ ਦੇਖ ਰਹੇ ਹੋ, ਇੱਥੇ ਵੀ ਕਈ ਮਹਾਂਪੁਰਖਾਂ ਨੇ, ਤਪੱਸੀਆਂ ਨੇ ਤਪ ਕੀਤੇ ਹਨ ਜੀ। ਇਹ ਜੋ ਆਪ ਜੀ ਖੂਹੀਆਂ ਦੇਖ ਰਹੇ ਹੋ, ਇੱਥੇ ਇਸ ਤਰ੍ਹਾਂ ਦੇ 3-4 ਖੂਹ ਹਨ ਜੋ ਉਸ ਸਮੇਂ ਦੀ ਲਾਗਤ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤ ਦੀ ਆਮਦ ਜ਼ਿਆਦਾ ਹੋਣ ਕਰਕੇ ਛੋਟੇ ਛੋਟੇ ਜੋ ਖੂਹ ਹਨ ਉਹ ਬਣਵਾਏ ਗਏ ਸਨ। ਅਕਸਰ ਮਹਾਰਾਜਾ ਰਣਜੀਤ ਸਿੰਘ ਜੀ ਸਾਲ ਵਿੱਚ ਕਈ ਵਾਰ ਇਸ ਗੁਰਦੁਆਰਾ ਸਾਹਿਬ ਵਿਖੇ ਆਇਆ ਕਰਦੇ ਸਨ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਦੇ ਸਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਅਸੀਂ ਹੋਰ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ ਉਹਨਾਂ ਦੇ ਦਰਸ਼ਨ ਆਪ ਜੀ ਨੂੰ ਕਰਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।